ਆਸਟ੍ਰੇਲੀਆ ਤਾਂ ਨਹੀਂ ਜਾਣਾ ਆਸਟ੍ਰੇਲੀਆ ਤਾਂ ਨਹੀਂ ਜਾਣਾ ਕਰ ਬਾਬੇ ਦੀਪ ਸਿੰਘ ਨੂੰ ਕਿ 2022 ਦੇ ਵਿੱਚ ਇੱਥੇ ਨਹੀਂ ਭਾਈ ਮੈਂ ਇੱਥੇ ਸਦਾ ਹੀ ਰਹਿਣਾ ਨਹੀਂ ਤੂੰ ਕਿੱਥੇ ਰਹਿਣਾ ਇੱਥੇ ਤੂੰ ਤੇ 14 ਤੋਂ ਬਾਅਦ ਭੱਜਣਾ ਮੇਰੀ ਹੱਥ ਬੰਨ ਕੇ ਬੇਨਤੀ ਆ ਸਰਬਜੀਤ ਸਿੰਘ ਗੁਰਜਾਨ ਕਰ ਸਰ ਮੇਰੀ ਮੈਂ ਕੋਈ ਗੱਲ ਨਹੀਂ ਮੜੀਆ ਤੂੰ ਚੁੱਕ ਤੂੰ ਖਲੋਇਆ ਯਾਰ ਮੈਂ ਇੰਨੀ ਹੱਥ ਨਹੀਂ ਚੁੱਕੀ ਜਿਹੜੀ ਸੀ ਜਿੰਨੀ ਹੱਥ ਆਪਾਂ ਚੁੱਕੀ ਆ ਤੂੰ ਛੱਡਿਆ ਕੀ ਆ ਛੱਡਿਆ ਕੀ ਤੂੰ ਛੱਡਿਆ ਕੀ ਆ ਛੱਡਿਆ ਕੀ ਤੂੰ ਬਦਮਾਸ਼ੀਆਂ ਦੀ ਕਸਮ ਛੱਡੀ ਹੋਗੀ ਜਿਹੜੀ ਤੈਨੂੰ ਅੱਜ ਆ ਤੂੰ ਆ ਕਾਨੂੰਨ ਆ ਕੋਈ ਤਾਂ ਨਾਲ ਨਾਲ ਕਰਦੇ ਤੂੰ ਫੇਰ ਅਸੀਂ ਘਰ ਚ ਬੈਠੇ ਯਾਰ ਇਹਨੂੰ ਕੱਢੋ ਬਾਹਰ ਜਿਹੜਾ ਬਾਤ ਦਾ ਮੁਲਕ ਕਿਉਂ ਕੱਢੀਏ ਦਕਸ਼ਿਨ ਦੀ ਮਿਸਲ ਨੂੰ ਆਦੇ ਤਾਂ ਲੈ ਆ ਖਾ ਲਖਣ ਲੈ ਤੂੰ ਆ ਦੇ ਤੂੰ ਦਿਖਾ ਥੱਲੇ ਆਓ ਦਿਖਾ ਦੇ ਤਾਂ ਥੱਲੇ ਆਓ ਤਾਂ ਮੈਂ ਹਾਂ ਮੈਂ ਤੂੰ ਇੱਥੇ ਦਿਖਾ ਦੇ ਮੇਰਾ ਮੁੰਡਾ ਖੜੋਤਾ ਮੈਂ ਫਿਰ ਤੂੰ ਦਿਖਾ ਦੇ ਤਾਂ 5 ਵਜੇ ਤੱਕ ਆ ਥੱਲੇ ਆਓ ਕੋਈ ਗੱਲ ਨਹੀਂ 5 ਵਜੇ ਤੱਕ ਹਾਂ ਥੋੜਾ ਬਾਅਦ ਨਾਲ ਤੁਸੀਂ ਆ ਗਏ ਤੇ ਨਾਲ ਨਾਲ ਗਰਾਊਂਡ ਹੈ ਸਾਰੇ ਸ਼ਹਿਰ ਚ ਅੱਖਾਂ ਖਾੜ ਅੱਛਾ ਤਾਂ ਤੁਸੀਂ ਇੱਥੇ ਰਹਿੰਦੀ ਆ ਹਾਂ ਤੇਰੀਆਂ ਜਿਹੜੀਆਂ ਨਾ ਇਹ ਤਾਂ ਨਹੀਂ ਲਿਖੀ ਹੁੰਦੀਆਂ ਰੱਬ ਨੂੰ ਦੇਖਿਆ ਦਾ ਰੱਬ ਨੂੰ ਮੈਂ ਲੱਗਾ ਆਪਾਂ ਕੱਲ ਨੂੰ ਡੱਲ ਨਹੀਂ ਆਜੋ ਬਦਮਾਸ਼ ਬਣਿਆ ਵੱਡਾ ਬਣਾ ਵੀ ਨਹੀਂ ਲੋ ਕਹਿਦਾ ਕਾਨੂੰਨ ਜੇ ਤੂੰ ਕਹਿਦਾ ਕਾਨੂੰਨ ਤੂੰ ਕਹਿਦਾ ਕਾਨੂੰਨ ਪਾੜਦਾ ਹਾਈਕੋਰਟ ਜਾ ਰਿਹਾ ਮੈਂ ਤੇ ਮੈਂ ਦੱਸੂਗਾ ਹਾਈਕੋਰਟ ਦੱਸੂਗਾ ਤੀਰ ਲਿਆ ਕੇ ਨਾਲ ਨਾਲ ਕੱਢਦੇ ਕਿੱਥੇ ਕਿਹਨੇ ਕਿਤੇ ਲੜਾ ਲਾ ਜਿਹੜਾ ਅਸਰ ਕਿਹਨੇ ਕੋਈ ਅਸਰ ਤੋੜ ਗਏ ਤਰਸ ਕਰ ਥੋੜਾ ਬਤਾ ਰਹਿਮ ਕਰ ਬਦਮਾਸ਼ੀ ਕਰਦੇ ਆ ਯਾਰ ਕੋਈ ਗੱਲ ਗੱਲ ਕਾਦੀ ਆ ਕਿੱਥੇ ਰਹਿਣਾ ਕਿੱਥੇ ਰਹਿਣਾ ਆਸਟ੍ਰੇਲੀਆ ਤਾਂ ਨਹੀਂ ਜਾਣਾ ਆਸਟ੍ਰੇਲੀਆ ਤਾਂ ਨਹੀਂ ਜਾਣਾ ਕਰ ਬਾਬੇ ਦੀਪ ਸਿੰਘ ਨੂੰ ਕਿ 2022 ਦੇ ਵਿੱਚ ਇੱਥੇ ਨਹੀਂ ਭਾਈ ਮੈਂ ਇੱਥੇ ਸਦਾ ਹੀ ਰਹਿਣਾ ਨਹੀਂ ਤੂੰ ਕਿੱਥੇ ਰਹਿਣਾ ਇੱਥੇ ਤੂੰ ਤੇ 14 ਤੋਂ ਬਾਅਦ ਭੱਜਣਾ ਮੇਰੀ ਹੱਥ ਬੰਨ ਕੇ ਬੇਨਤੀ ਆ ਸਰਬਜੀਤ ਸਿੰਘ ਗੁਰਜਾਨ ਕਰ ਸਰ ਮੇਰੀ ਮੈਂ ਕੋਈ ਗੱਲ ਨਹੀਂ ਮੜੀਆ ਤੂੰ ਚੁੱਕ ਮੈਂ ਇੰਨੀ ਹੱਥ ਨਹੀਂ ਚੁੱਕੀ ਜਿਹੜੀ ਸੀ ਜਿੰਨੀ ਹੱਥ ਆਪਾਂ ਚੁੱਕੀ ਆ ਤੂੰ ਛੱਡਿਆ ਕੀ ਆ ਛੱਡਿਆ ਕੀ ਤੂੰ ਛੱਡਿਆ ਕੀ ਆ ਛੱਡਿਆ ਕੀ ਤੂੰ ਬਦਮਾਸ਼ੀਆਂ ਦੀ ਕਸਮ ਛੱਡੀ ਹੋਗੀ ਤੂੰ ਆ ਕਾਨੂੰਨ ਆ ਕੋਈ ਤਾਂ ਨਾਲ ਨਾਲ ਕਰਦੇ ਤੂੰ ਫੇਰ ਅਸੀਂ ਘਰ ਚ ਬੈਠੇ ਯਾਰ ਇਹਨੂੰ ਕੱਢੋ ਬਾਹਰ ਜਿਹੜਾ ਬਾਤ ਦਾ ਮੁਲਕ ਕਿਉਂ ਕੱਢੀਏ ਦਕਸ਼ਿਨ ਦੀ ਮਿਸਲ ਨੂੰ ਆਦੇ ਤਾਂ ਲੈ ਆ ਖਾ ਲਖਣ ਲੈ ਤੂੰ ਆ ਦੇ ਤੂੰ ਦਿਖਾ ਥੱਲੇ ਆਓ ਦਿਖਾ ਦੇ ਤਾਂ ਥੱਲੇ ਆਓ ਤਾਂ ਮੈਂ ਹਾਂ ਮੈਂ ਤੂੰ ਇੱਥੇ ਦਿਖਾ ਦੇ ਮੇਰਾ ਮੁੰਡਾ ਖੜੋਤਾ ਮੈਂ ਫਿਰ ਤੂੰ ਦਿਖਾ ਦੇ ਤਾਂ 5 ਵਜੇ ਤੱਕ ਆ ਥੱਲੇ ਆਓ ਕੋਈ ਗੱਲ ਨਹੀਂ 5 ਵਜੇ ਤੱਕ ਹਾਂ ਥੋੜਾ ਬਾਅਦ ਨਾਲ ਤੁਸੀਂ ਆ ਗਏ ਤੇ ਨਾਲ ਨਾਲ ਗਰਾਊਂਡ ਹੈ ਸਾਰੇ ਸ਼ਹਿਰ ਚ ਅੱਖਾਂ ਨਹੀਂ ਖਾੜ ਅੱਛਾ ਤਾਂ ਹੁਣ ਜਿਹੜੀ ਇੱਥੇ ਰਹਿੰਦੀ ਆ ਹਾਂ ਤੇਰੀਆਂ ਜਿਹੜੀਆਂ ਨਾ ਇਹ ਤਾਂ ਨਹੀਂ ਖਿੱਚੀ ਹੁੰਦੀਆਂ ਰੱਬ ਨੂੰ ਦੇਖਿਆ ਦਾ ਰੱਬ ਨੂੰ ਮੈਂ ਲੱਗਾ ਆਪਾਂ ਕੱਲ ਨੂੰ ਡੱਲ ਨਹੀਂ ਆਜੋ ਬਦਮਾਸ਼ ਬਣਿਆ ਵੱਡਾ ਬਣਾ ਵੀ ਨਹੀਂ ਲੋ ਕਹਿਦਾ ਕਾਨੂੰਨ ਨੇ ਕਹਿਦਾ ਕਾਨੂੰਨ ਜੇ ਤੂੰ ਕਹਿਦਾ ਤਾਂ ਤੂੰ ਕਹਿਦਾ ਕਿ ਪਾਰਦਾ ਹਾਈਕੋਰਟ ਜਾ ਰਿਹਾ ਮੈਂ ਤੇਰੇ ਮੈਂ ਦੱਸੂਗਾ ਹਾਈਕੋਰਟ ਦੱਸੂਗਾ ਤੀਰ ਲਿਆ ਕੇ ਨਾਲ ਨਾਲ ਕੱਢਦੇ ਕੋਈ ਕਿੱਥੇ ਕਿਹਨੇ ਕਿਤੇ ਲੜਾ ਲਾ ਜਿਹੜਾ ਅਸਰਾ ਕਿਹਨੇ ਕੋਈ ਅਸਰਾ ਤੋੜ ਗਏ ਤਰਸ ਕਰ ਥੋੜਾ ਬਤਾ ਰਹਿਮ ਕਰ ਬਦਮਾਸ਼ੀ ਕਰਦੇ ਆ ਯਾਰ ਕੋਈ ਗੱਲ ਗੱਲ ਕਾਦੀ ਆ ਕਿੱਥੇ ਰਹਿਣਾ ਕਿੱਥੇ ਰਹਿਣਾ ਆਸਟ੍ਰੇਲੀਆ ਤਾਂ ਨਹੀਂ ਜਾਣਾ ਆਸਟ੍ਰੇਲੀਆ ਤਾਂ ਨਹੀਂ ਜਾਣਾ ਕਰ ਬਾਬੇ ਦੀਪ ਸਿੰਘ ਨੂੰ ਕਿ 2022 ਦੇ ਵਿੱਚ ਇੱਥੇ ਨਹੀਂ ਭਾਈ ਮੈਂ ਇੱਥੇ ਸਦਾ ਹੀ ਰਹਿਣਾ ਨਹੀਂ ਤੂੰ ਕਿੱਥੇ ਰਹਿਣਾ ਇੱਥੇ ਤੂੰ ਤੇ 14 ਤੋਂ ਬਾਅਦ ਭੱਜਣਾ ਮੇਰੀ ਹੱਥ ਬੰਨ ਕੇ ਬੇਨਤੀ ਆ ਸਰਬਜੀਤ ਸਿੰਘ ਗੁਰਜਾਨ ਕਰ ਸਰ ਮੇਰੀ ਮੈਂ ਕੋਈ ਗੱਲ ਨਹੀਂ ਮੜੀਆ ਤੂੰ ਚੁੱਕ ਮੈਂ ਇੰਨੀ ਹੱਥ ਨਹੀਂ ਚੁੱਕੀ ਜਿਹੜੀ ਸੀ ਜਿੰਨੀ ਹੱਥ ਆਪਾਂ ਚੁੱਕੀ ਆ ਤੂੰ ਛੱਡਿਆ ਕੀ ਆ ਛੱਡਿਆ ਕੀ ਤੂੰ ਛੱਡਿਆ ਕੀ ਆ ਛੱਡਿਆ ਕੀ ਤੂੰ ਬਦਮਾਸ਼ੀਆਂ ਦੀ ਕਸਮ ਛੱਡੀ ਹੋਗੀ ਤੂੰ ਆ ਕਾਨੂੰਨ ਆ ਕੋਈ ਤਾਂ ਨਾਲ ਨਾਲ ਕਰਦੇ ਤੂੰ ਫੇਰ ਅਸੀਂ ਘਰ ਚ ਬੈਠੇ ਯਾਰ ਇਹਨੂੰ ਕੱਢੋ ਬਾਹਰ ਜਿਹੜਾ ਬਾਤ ਦਾ ਮੁਲਕ ਕਿਉਂ ਕੱਢੀਏ ਦਕਸ਼ਿਨ ਦੀ ਮਿਸਲ ਨੂੰ ਆਦੇ ਤਾਂ ਲੈ ਆ ਖਾ ਲਖਣ ਲੈ ਤੂੰ ਆ ਦੇ ਤੂੰ ਦਿਖਾ ਥੱਲੇ ਆਓ ਦਿਖਾ ਦੇ ਤਾਂ ਥੱਲੇ ਆਓ ਤਾਂ ਮੈਂ ਹਾਂ ਮੈਂ ਤੂੰ ਇੱਥੇ ਦਿਖਾ ਦੇ ਮੇਰਾ ਮੁੰਡਾ ਖੜੋ ਤਾਂ ਮੈਂ ਫਿਰ ਤੂੰ ਦਿਖਾ ਦੇ ਤਾਂ 5 ਵਜੇ ਤੱਕ ਆ ਥੱਲੇ ਆਓ ਕੋਈ ਗੱਲ ਨਹੀਂ 5 ਵਜੇ ਤੱਕ ਹਾਂ ਥੋੜਾ ਬਾਅਦ ਨਾਲ ਤੁਸੀਂ ਆ ਗਏ ਤੇ ਨਾਲ ਨਾਲ ਗਰਾਊਂਡ ਹੈ ਸਾਰੇ ਸ਼ਹਿਰ ਚ ਅੱਖਾਂ ਨਹੀਂ ਖਾੜ ਅੱਛਾ ਤਾਂ ਹੁਣ ਜਿਹੜੀ ਇੱਥੇ ਰਹਿੰਦੀ ਆ ਹਾਂ ਤੇਰੀਆਂ ਜਿਹੜੀਆਂ ਨਾ ਇਹ ਤਾਂ ਨਹੀਂ ਲਿਖੀ ਹੁੰਦੀਆਂ ਰੱਬ ਨੂੰ ਦੇਖਿਆ ਦਾ ਰੱਬ ਨੂੰ ਮੈਂ ਲੱਗਾ ਆਪਾਂ ਕੱਲ ਨੂੰ ਡੱਲ ਨਹੀਂ ਆਜੋ ਬਦਮਾਸ਼ ਬਣਿਆ ਵੱਡਾ ਬਣਾ ਵੀ ਨਹੀਂ ਲੋ ਕਿਹੜਾ ਕਾਨੂੰਨ ਨੇ ਹਾਈਕੋਰਟ ਜਾ ਰਿਹਾ ਮੈਂ ਤੇਰੇ ਮੈਂ ਦੱਸੂਗਾ ਹਾਈਕੋਰਟ ਦੱਸੂਗਾ।